ਹਾਂਜੀ ਪਿਆਰੇ ਦੋਸਤੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਮੋਗੇ ਦਰਸਤ ਹੋਮੋਗੇ ਤੇ ਦੋਸਤੋ ਕਦੇ ਮੇਰਾ ਹਾਲ ਵੀ ਪੁੱਛ ਲਿਆ ਕਰੋ ਯਾਰ ਠੀਕ ਆ ਚਲੋ ਤੁਹਾਡੀ ਮਰਜ਼ੀ ਹੈ ਭਰਾਵੋ ਨਹੀਂ ਪੁੱਛਦੇ ਆਪਾਂ ਫਿਰ ਵੀ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਠੀਕ ਆ ਚਲੋ ਛੱਡੋ ਇਹ ਗੱਲ ਨੂੰ ਤੇ ਦੋਸਤੋ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਸੰਬੰਧੀ ਜਿਹੜੇ ਕੈਂਡੀਡੇਟ ਗਏ ਸੀਗੇ ਠੀਕ ਆ ਉਹਨਾਂ ਦਾ ਤਾਂ ਕਲੀਅਰ ਹੋ ਗਿਆ ਫੰਡਾ ਦੇਖੋ ਗੱਲ ਇੱਥੇ ਮੁੱਖੀ ਹੈ ਉਹਨਾਂ ਦੀ ਚਲੋ ਬਾਕੀ ਆਪਾਂ ਨੂੰ ਵੈਰੀ ਕਰਨਾ ਪਊਗਾ ਹੁਣ ਠੀਕ ਹੈ ਤੁਹਾਨੂੰ ਪਤਾ ਹੀ ਕੋਡ ਆਫ ਕੰਡਕਟ ਆ ਜਿਹੜਾ ਲੱਗਿਆ ਹੋਇਆ ਠੀਕ ਹੈ ਤੇ ਬਾਕੀ ਜਿਹੜੀਆਂ ਭਰਤੀਆਂ ਨੇ ਜਿਵੇਂ ਜੇਲ ਬਾਰਡਰ ਹੋ ਗਿਆ ਪੀ ਟ੍ਰਿਪਲ ਐਸ ਵੀ ਕਲਰਕ ਹੋ ਗਿਆ ਜਾਂ ਨੈਪ ਤਸਿਲਦਾਰ ਹੋ ਗਿਆ ਨੈਪ ਸੀਜ਼ਰ ਦਾ ਪੇਪਰ ਤਾਂ ਹੁਣ ਤੇ ਉਸ ਤੋਂ ਬਾਅਦ ਜਿਹੜੀਆਂ ਪੰਜਾਬ ਪੁਲਿਸ ਡਿਪਾਰਟਮੈਂਟ ਵਿੱਚ ਜ਼ਿਆਦਾ ਭਰਤੀਆਂ ਨੇ ਨਾ ਇਸੇ ਸਬੰਧੀ ਦਿੱਕਤ ਆ ਰਹੀ ਹੈ ਕੈਂਡੀਡੇਟ ਨੂੰ ਮੈਨੂੰ ਬਹੁਤ ਮੈਸੇਜ ਆ ਰਹੇ ਨੇ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਠੀਕ ਹੈ ਤੇ ਆਹ ਗਰੁੱਪ ਜੁਆ ਬਣਾਇਆ ਸੀਗਾ ਆਪਾਂ ਨੇ ਵੀ ਇਹਦੇ ਵਿੱਚ ਤੁਸੀਂ ਐਡ ਹੋ ਜੇ ਇਹਦੇ ਵਿੱਚ ਬਹੁਤ ਘੱਟ ਮੈਂਬਰ ਐਡ ਠੀਕ ਹੈ ਮੈਨੂੰ ਕਮੈਂਟਰ ਰੋਜ਼ ਲਗਾਤਾਰ ਆਉਂਦੇ ਰਹਿੰਦੇ ਨੇ ਠੀਕ ਹੈ ਤੇ ਇਹੀ ਬੱਚੇ ਪੁੱਛਦੇ ਨੇ ਕਿ ਸਰ ਜੇਲ ਬਾਰਡਰ ਤੇ ਬਾਕੀ ਭਰਤੀਆਂ ਦਾ ਕੀ ਹੋਇਆ ਕਿਉਂਕਿ ਯਾਰ ਉੱਥੇ ਚੰਡੀਗੜ੍ਹ ਜਦੋਂ ਕੈਂਡੀਡੇਟ ਗਏ ਸੀਗੇ ਪਤਾ ਕਰਨੇ ਚੀਜ਼ ਠੀਕ ਹੈ ਉਦੋਂ ਪਹਿਲੀ ਗੱਲ ਤਾਂ ਯਾਰ ਬਹੁਤ ਘੱਟ ਕੈਂਡੀਡੇਟ ਪਹੁੰਚੇ ਸੀਗੇ ਉੱਥੇ ਹਣਾ ਸੋ ਆਪਾਂ ਸਾਰਿਆਂ ਨੂੰ ਜਾਣਨਾ ਚਾਹੀਦਾ ਸੀਗਾ ਠੀਕ ਹੈ ਬਹੁਤ ਘੱਟ ਪਹੁੰਚੇ ਉੱਥੇ ਤਕਰੀਬਨ ਇਹ ਲਾ ਲਓ ਵੀ 10-12 ਕੈਂਡੀਡੇਟ ਹੀ ਪਹੁੰਚੇ ਸੀਗੇ ਤੇ ਉਹਨਾਂ ਵਿੱਚੋਂ ਵਿਚਾਰੇ 2-3 ਜਿਹੜੇ ਅੰਦਰ ਗੱਲ ਕਰਨ ਗਏ ਸੀਗੇ ਉਹ ਕਾਂਸਟੇਬਲ ਵਾਲੇ ਕੈਂਡੀਡੇਟਰ ਹੋਣੇ ਠ ਤੇ ਦੋਸਤੋ ਮੈਂ ਉਦੋਂ ਇੱਕ ਵੀਡੀਓ ਵੀ ਪਾਈ ਸੀਗੀ ਵੀ ਭਾਈ ਸਾਰੇ ਪਹੁੰਚੋ ਠੀਕ ਹੈ ਤੁਸੀਂ ਵੀਡੀਓ ਨਹੀਂ ਸ਼ੇਅਰ ਕਰਦੇ ਹੋ ਵੀਡੀਓ ਸ਼ੇਅਰ ਨਹੀਂ ਹੋਈ ਸੀਗੀ ਮੈਂ ਹੈੱਡ ਕਨਸਟੇਬਲ ਦੇ ਬਾਕੀ ਸਾਰੀਆਂ ਭਰਤੀਆਂ ਰਿਲੇਟਡ ਵੀ ਕਿਹਾ ਸੀਗਾ ਵੀ ਯਾਰ ਆਪਾਂ ਨੂੰ ਵੀ ਜਾਣਨਾ ਚਾਹੀਦਾ ਕਿਉਂਕਿ ਯਾਰ ਇਹ ਗੱਲ ਵੀ ਹੋ ਜਾਂਦੀ ਹੈ ਨਾ ਸੋ ਆਪਣੇ ਦਿਮਾਗ ਦੇ ਵਿੱਚੋਂ ਇੰਨਾ ਕੁ ਪੁਆਇੰਟ ਕਲੀਅਰ ਹੋ ਜਾਂਦਾ ਵੀ ਭਾਈ ਸਾਡੀਆਂ ਭਰਤੀਆਂ ਦਾ ਪ੍ਰੋਸੈਸ ਕਦੋਂ ਸ਼ੁਰੂ ਹੋਊਗਾ ਕਿਉਂਕਿ ਆਪਾਂ ਨੂੰ ਹੁਣ ਇੰਨਾ ਕੁ ਕਲੀਅਰ ਹੋ ਗਿਆ ਵੀ ਜਿਹੜੀ ਕਾਸਟੇਬਲ ਦੀ ਭਰਤੀ ਆ ਜਦੋਂ ਹੁਣ ਚੋਣਾਂ ਦਾ ਰਿਜ਼ਲਟ ਆ ਗਿਆ 10 ਤਰੀਕ ਨੂੰ ਉਸ ਤੋਂ ਬਾਅਦ ਇਹ ਪ੍ਰੋਸੈਸਿੰਗ ਚ ਹੋ ਸੋ ਆਪਾਂ ਨੂੰ ਇਹਦਾ ਕੀ ਨਹੀਂ ਪਤਾ ਲੱਗਿਆ ਹੈਗਾ ਵੀ ਹੈਡ ਕਨਸਟੇਬਲ ਦਾ ਪੇਪਰ ਇੰਟੈਲੀਜੈਂਸ ਦਾ ਪੇਪਰ ਹੈ ਠੀਕ ਆ ਬਾਕੀ ਹੈਡ ਕਨਸਟੇਬਲ ਦਾ ਰਿਜ਼ਲਟ ਸਬ ਇੰਸਪੈਕਟਰ ਦਾ ਤੇ ਬਾਕੀ ਭਰਤੀਆਂ ਦੇ ਪੇਪਰ ਕਦੋਂ ਲੈਣਗੇ ਜਿਹੜੇ ਕੈਨਸਲ ਹੋ ਗਈਆਂ ਸੀ ਹਨਾ ਸੋ ਆਪਾਂ ਨੂੰ ਇਸ ਬਾਰੇ ਨਹੀਂ ਪਤਾ ਹੈਗਾ ਸੋ ਆਪਾਂ ਨੂੰ ਜਾਣਨਾ ਚਾਹੀਦਾ ਸੀ ਇਸ ਸੰਬੰਧੀ ਚਲੋ ਹੁਣ ਤਾਂ ਦੇਖੋ ਜਾਏ ਹੁਣ ਆਪਾਂ ਨੂੰ ਬਾਰ-ਬਾਰ ਜਾਣ ਦਾ ਉੱਤੇ ਕੋਈ ਫਾਇਦਾ ਨਹੀਂਗਾ ਆਪਾਂ ਨੂੰ ਇਹੀ ਕਹਿਣਗੇ ਕਿ 10 ਮਾਰਚ ਤੋਂ ਬਾਅਦ ਹੀ ਪਤਾ ਲੱਗੂਗਾ ਠੀਕ ਆ ਸੋ ਹੁਣ ਜਾਣ ਦਾ ਉੱਥੇ ਕੋਈ ਫਾਇਦਾ ਨਹੀਂਗਾ ਇੱਕ ਵਾਰੀ ਜਾ ਕੇ ਗੱਲ ਪਤਾ ਕਰ ਲੈਣੀ ਸੀ ਠੀਕ ਹੈ ਬਾਕੀ ਜੇ ਕੋਈ ਜਾਣ ਪਛਾਣ ਹੈਗੀ ਕਿਸੇ ਦੀ ਡਿਪਾਰਟਮੈਂਟ ਜੇ ਕੋਈ ਉੱਥੇ ਰਹਿੰਦਾ ਮਹਾਲੀ ਲਾਗੇ ਤਾਂ ਉਹ ਜਾ ਕੇ ਪਤਾ ਕਰ ਸਕਦੇ ਨੇ ਠੀਕ ਹੈ ਤੇ ਦੋਸਤੋ ਬਾਕੀ ਹੁਣ ਆਪਾਂ ਗੱਲ ਕਰੀਏ ਕਿ ਜਿਹੜੀਆਂ ਬਾਕੀ ਭਰਤੀਆਂ ਦਾ ਪ੍ਰੋਸੈਸ ਕਦੋਂ ਚੱਲੂਗਾ ਦੋਸਤੋ ਪਹਿਲਾਂ ਤਾਂ ਕਾਂਸਟੇਬਲ ਦਾ ਹੀ ਨਿਮੇੜਨ ਹੈਗੇ ਜਿਸ ਤੋ ਤੱਕ ਲੱਗਦਾ ਸਾਰ ਠੀਕ ਹੈ ਉਸ ਤੋਂ ਬਾਅਦ ਬਾਕੀ ਭਰਤੀਆਂ ਨੂੰ ਪ੍ਰੋਸੈਸ ਜ਼ਰੂਰ ਕਰਨਗੇ ਠੀਕ ਹੈ ਕਈ ਬੱਚਿਆਂ ਦੇ ਦਿਮਾਗ ਦੇ ਵਿੱਚ ਇਹੀ ਹੈ ਨਾ ਕੀ ਸਰ ਇਹ ਹੁਣ ਭਰਤੀਆਂ ਕਦੋਂ ਪ੍ਰੋਸੈਸ ਕਰਨਗੇ ਪਤਾ ਨਹੀਂ ਕਰਨਗੇ ਪਤਾ ਨਹੀਂ ਨਾ ਠੀਕ ਹੈ ਇਹ ਕਰਨਗੇ ਜ਼ਰੂਰ ਠੀਕ ਹੈ ਇੱਕ ਅੱਦੇ ਬੰਦੇ ਦਾ ਨੈਗੇਟਿਵ ਮੈਨੂੰ ਇਹੋ ਜਿਹਾ ਮੈਸੇਜ ਵੀ ਆਏ ਨੇ ਮੈਨੂੰ ਕਹਿੰਦਾ ਸਾਡੇ ਪਿੰਡ ਕਹਿੰਦਾ ਇੱਕ ਬੰਦਾ ਜੇਲ੍ਹ ਬਾਰਡਰ ਚ ਰੱਖ ਲਿਆ ਮੈਨੂੰ ਕਹਾਂ ਮਾ ਭਾਈ ਤੂੰ ਮੈਨੂੰ ਸਬੂਤ ਸੈਂਡ ਕਰ ਉਹ ਇੰਦ ਆਫ ਵਾਹ ਫਲਾਈ ਜਾਂਦੇ ਨੇ ਯਾਰ ਗਲਤ ਇਹਨਾਂ ਦੀਆਂ ਤੁਸੀਂ ਵਾਹਾਂ ਚ ਨਾ ਆਇਆ ਕਰੋ ਠੀਕ ਆ ਸੋ ਬਾਕੀ ਕਾਂਸਟੇਬਲ ਦੀਆਂ ਦਾ ਲਗਾਤਾਰ ਜਿਹੜੀਆਂ ਬੱਚੇ ਰਹਿ ਗਏ ਸੀਗੇ ਡਾਕੂਮੈਂਟ ਵੈਰੀਫਿਕੇਸ਼ਨ ਕਣੀ ਉਹਨਾਂ ਦੀ ਵੈਰੀਫਿਕੇਸ਼ਨ ਦੁਬਾਰੇ ਹੋ ਰਹੀ ਹੈ ਡਾਕੂਮੈਂਟ ਦੀ ਇਹ ਸਿਰਫ ਵਾਰਡ ਆਫ ਪੁਲਿਸ ਪਰਸਨਲ ਵਾਲਿਆਂ ਨੂੰ ਹੋਈ ਆ ਕਿਉਂਕਿ ਕਈ ਮੈਨੂੰ ਐਵੇਂ ਦੇ ਵੀ ਮੈਸੇਜ ਵੀ ਆਏ ਠੀਕ ਹੈ ਪ੍ਰਭੂ ਸਾਰਿਆਂ ਨੂੰ ਨਹੀਂ ਆ ਰਹੀ ਠੀਕ ਹੈ ਉਹਨਾਂ ਨੂੰ ਹੀ ਆ ਰਹੀ ਹੈ ਇਹ ਤੇ ਕੋਡ ਆਫ ਕੰਡਕਟ ਤੁਹਾਨੂੰ ਪਤਾ ਹੀ ਹੈ ਚੋਣਾਂ ਦਾ ਜਿਹੜਾ ਚੱਕਰ ਮੁਕੰਮਲ ਨਹੀਂ ਹੁੰਦਾ ਹੈਗਾ ਕੰਮ ਉਹਨਾਂ ਚਾਰ ਇਹ ਚੱਲੀ ਜਾਊਗਾ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਰਾਜ ਜਿਹੜਾ ਖਤਮ ਹੋ ਗਿਆ ਜਦੋਂ ਫਿਰ ਜਦੋਂ ਨਵੀਂ ਸਰਕਾਰ ਬਣ ਗਈ ਨਵੀਂ ਸਰਕਾਰ ਦੇ ਹੱਥ ਆ ਗਈ ਸਰਕਾਰ ਫਿਰ ਸਾਰਾ ਪ੍ਰੋਸੈਸ ਜਿਹੜਾ ਦੁਬਾਰਤੋਂ ਸ਼ੁਰੂ ਹੋ ਜਾਊਗਾ ਤੇ ਦੋਸਤੋ ਇਹ ਗਰੁੱਪ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਇਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਉਹਨੂੰ ਵੱਧ ਤੋਂ ਵੱਧ ਜੁਆਇਨ ਕਰੋ ਯਾਰ ਪਤਾ ਕੀ ਆ ਇੱਕ ਦਾ ਕਈ ਹੋਰੇ ਯਾਰ ਗਲਤ ਜੇ ਮੈਸੇਜ ਭੇਜਿਆ ਨੇ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਐਵੇਂ ਦਾ ਤੁਸੀਂ ਨਾ ਕਰਿਆ ਕਰੋ ਸੀਰੀਅਸ ਗੱਲਾਂ ਕਰਿਆ ਕਰੋ ਮੈਂ ਤਾਂ ਹੀ ਸੀਰੀਅਸ ਮੁੱਦੇ ਵਾਸਤੇ ਗਰੁੱਪ ਬਣਾਇਆ ਹੋਇਆ ਕੋਈ ਆਪਦੀ ਕੋਈ ਹਨਾ ਪੜ੍ਹਾਈ ਰਿਲੇਟਡ ਜਾਣਕਾਰੀ ਸ਼ੇਅਰ ਕਰੋ ਰੇ ਪੇਪਰ ਕਿਵੇਂ ਹੋਣਾ ਠੀਕ ਹੈ ਕੋਈ ਚੱਜ ਦੀਆਂ ਗੱਲਾਂ ਪੁੱਛੋ ਬਾਕੀ ਪਹਿਲਾ ਗਰੁੱਪ ਬਣਾਇਆ ਸੀਗਾ ਉਹਦਾ ਆਪਣਾ ਜਦੋਂ ਚੰਡੀਗੜ੍ਹ ਜਾਣਾ ਸੀਗਾ ਉਦੋਂ ਨਾ ਤੁਸੀਂ ਦੇਖ ਲਓ ਮੈਨੂੰ ਕਹਿਣਾ ਨਹੀਂ ਚਾਹੀਦਾ ਹੈਗਾ ਜਿਹੜੇ ਅੱਜ ਕੱਲ੍ਹ ਦੇ ਜਵਾਕ ਜਿੰਨੇ ਬਸ ਐ ਪੁੱਛੀ ਜਾਣਗੇ ਬਈ ਕੌਣ ਕੌਣ ਆ ਗਿਆ ਕੌਣ ਕੌਣ ਜਾਊਗਾ ਯਾਰ ਤੁਸੀਂ ਹੋਰਾਂ ਤੋਂ ਕੀ ਲੈਣਾ ਜੇ ਤੁਹਾਡਾ ਆਪ ਦਾ ਜਾਣ ਦਾ ਮਨ ਹੈਗਾ ਤੁਸੀਂ ਪਹੁੰਚੋ ਉਹੀ ਬਸ ਨਾ ਜਵਾਖਾਂ ਵਾਲੀਆਂ ਗੱਲਾਂ ਕਰੀ ਜਾਣਗੇ ਸੋ ਹੁਣ ਤੁਸੀਂ ਮੈਚੁਰ ਹੋ ਗਏ ਯਾਰ ਭਰਤੀ ਹੁਣ ਵਾਲੇ ਹੋ ਏਟਲੀਸਟ ਤੁਸੀਂ ਇੰਨਾ ਕੁ ਤਾਂ ਰੱਖੋ ਵੀ ਆਪਣੀ ਤੁਸੀਂ ਮੈਂਟੈਲਿਟੀ ਠੀਕ ਰੱਖੋ ਯਾਰ ਹਨਾ ਬਾਕੀ ਮੇਰੀ ਕੋਈ ਗੱਲ ਤੁਹਾਨੂੰ ਚੁਪਦੀ ਆ ਤਾਂ ਮਾਫੀ ਚਾਹੁੰਨਾ ਮੈਂ ਠੀਕ ਹੈ ਬਾਕੀ ਦੋਸਤੋ ਵੀਡੀਓ ਸ਼ੇਅਰ ਕਰਦੇ ਕਰੋ ਯਾਰ ਹਨਾ ਜੇ ਉਹ ਮੇਰੀ ਹੈੱਡ ਕਨਸਟੇਬਲ ਵਾਲੀ ਬਣਾਈ ਹੋਈ ਵੀਡੀਓ ਮੈਂ ਦੋ ਦਿਨ ਪਹਿਲਾਂ ਬਣਾਈ ਸੀ ਜੇ ਤੁਸੀਂ ਉਹ ਸ਼ੇਅਰ ਕਰ ਦਿੰਦੇ ਨਾ ਬਹੁਤ ਪਹਲਾ ਹੋ ਸਕਦਾ ਸੀ ਕਿਉਂਕਿ ਇਹ ਸ਼ੇਅਰ ਕਰਕੇ ਉਹਦੇ ਘੱਟੋ ਘੱਟ 10000 ਵਿਊ ਵੀ ਆ ਜਾਂਦੇ ਤਾਂ ਉੱਥੇ ਨਾ ਨਾ ਕਰਦੇ 50 60 ਬੰਦੇ ਦਾ ਆਰਾਮਨੰ ਪਹੁੰਚ ਹੀ ਜਾਣੇ ਸੀਗੇ ਸੋ ਇਹ ਸਾਰੀਆਂ ਗੱਲਾਂ ਦਾ ਹੱਲ ਆਪਣਾ ਹੋ ਸਕਦਾ ਸੀਗਾ ਠੀਕ ਹੈ ਸੋ ਬਾਕੀ ਦੋਸਤੋ ਬਹੁਤ ਜਲਦ ਆਪਾਂ ਸਾਰਿਆਂ ਨੂੰ ਅਪਡੇਟ ਦੇਖਣ ਨੂੰ ਮਿਲੂਗਾ ਬਾਕੀ ਤਾਂ ਹਜੇ ਸਰਕਾਰ ਤੇ ਡਿਪੈਂਡ ਹਨ ਵੀ ਕਿਹੜੀ ਸਰਕਾਰ ਆਉਂਦੀ ਹੈ ਤੇ ਸਰਕਾਰ ਤਾਂ ਦੇਖੋ ਇਹ ਲੱਗਦਾ ਵੀ ਇਹ ਤਾਂ ਕੀ ਤਾਂ ਗਠਜੋੜ ਹੀ ਹੋਊਗਾ ਸਰਕਾਰ ਦਾ ਹੈਨਾ ਬਾਕੀ ਚਲੋ ਦੇਖਦੇ ਹਾਂ ਕੀ ਬਣਦਾ ਬਾਕੀ ਦੋਸਤੋ ਨਿਰਾਸ਼ ਨਾ ਹੋਇਆ ਕਰੋ ਯਾਰ ਮੈਂ ਬਹੁਤ ਕੋਸ਼ਿਸ਼ ਕਰਦਾਂਗੀ ਤੁਹਾਨੂੰ ਪੋਜ਼ਿਟਿਵ ਵਾਈਬਸ ਦਵਾਂ ਆਪਦੇ ਵੀਡੀਓ ਰਾਹੀਂ ਠੀਕ ਹੈ ਤੇ ਬਾਕੀ ਇੰਸਟਾਗ੍ਰam ਚੈਨਲ ਜੁਆਇਨ ਕਰ ਲਓ ਉੱਥੇ ਵੀ ਅਪਡੇਟ ਪਾਉਣਾ ਰਿਹਾ ਨਾ ਟੈਲੀਗ੍ਰam ਤਾਂ ਤੁਸੀਂ ਕਰ ਹੀ ਰੱਖਿਆ ਹੋਊਗਾ ਜੁਆਇਨ ਵਾਧੂ ਬਾਦ ਸ਼ੇਅਰ ਜ਼ਰੂਰ ਕਰਦੇ ਕਰੋ ਸੋ ਜਦੋਂ ਵੀ ਮੈਨੂੰ ਕੋਈ ਜਾਣਕਾਰੀ ਆਉਂਦੀ ਹੈ ਦੋਸਤੋ ਪਹਿਲਾਂ ਮੈਂ ਆਪ ਅਪਡੇਟ ਕਰਦਾ ਸੋ ਦੋਸਤੋ ਜਦੋਂ ਵੀ ਕੋਈ ਮੈਨੂੰ ਜਾਣਕਾਰੀ ਮਿਲਦੀ ਹੈ ਪਹਿਲਾਂ ਮੈਂ ਆਪ ਪ੍ਰੋਸੈਸ ਕਰਕੇ ਠੀਕ ਹੈ ਆਪ ਪੁਸ਼ਟੀ ਕਰਕੇ ਫਿਰ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਠੀਕ ਹੈ ਸੋ ਤੁਸੀਂ ਵੀ ਇੰਨਾ ਸ ਤੈਦਲੋਂ ਧੰਨਵਾਦੀਆਂ ਸੋ ਦੋਸਤੋ ਮਿਲਾਂਗੇ ਨੈਕਸਟ ਅਪਡੇਟ ਵਿੱਚ ਤਦ ਤੱਕ ਲਈ ਸਾਰਿਆਂ ਦਾ ਤੈਦਲੋਂ ਧੰਨਵਾਦ ਜੀ ਠੀਕ ਹੈ ਥੈਂਕ ਯੂ ਵੀਡੀਓ ਦੇਖਣ ਲਈ ਲਾਸਟ ਤੱਕ